ਬਾਹਰ ਘੱਟ ਜਾਣ ਦਿਆ ਕਰੋ ਕਿਉਂਕਿ ਮੇਰੇ ਪਿਤਾ ਜੀ ਅਤੇ ਉੱਧਰ ਸਵਾਮੀ ਜੀ ਤੁਹਾਡੇ ਪਿਤਾ ਜੀ ਦੇ ਜਾਨ ਦੇ ਵੈਰੀ ਬਣੇ ਹੋਏ ਨੇ। ਇਸ ਤੋਂ ਪਹਿਲਾਂ ਕਿ ਉਹ ਗਲਤ ਕਦਮ ਚੁੱਕਣ ਸਾਨੂੰ ਆਪਣਾ ਬਚਾਅ ਆਪ ਕਰ ਲੈਣਾ ਚਾਹੀਦਾ ਹੈ। ਅੱਛਾ ਹੁਣ ਮੰਮੀ ਪਾਪਾ ਦੇ ਆਉਣ ਦਾ ਟਾਈਮ ਹੋ ਗਿਆ। ਓਕੇ ਬਾਏ, ਆਪਣਾ ਖਿਆਲ ਰੱਖਣਾ। ਸੁਨੈਨਾ, ਤੈਨੂੰ ਕਿੰਨੀ ਵਾਰੀ ਸਮਝਾਇਆ ਹੈ ਕਿ ਵਿਕਾਸ ਨੂੰ ਫੋਨ ਨਾ ਕਰਿਆ ਕਰ, ਤੂੰ ਕਿਉਂ ਮੰਮੀ ਪਾਪਾ ਦੀ ਇੱਜ਼ਤ ਨੂੰ ਮਿੱਟੀ ਵਿੱਚ ਰੁਲਾਉਣ ਡਈ ਹੈ। ਪਰ ਜਿਹੜੀਆਂ ਬੁੱਕਸ ਮੈਂ ਤੁਹਾਨੂੰ ਬੋਲੀਆਂ ਸੀ ਨਾ ਉਹ ਆਉਂਦੇ ਹੋਏ ਬਾਜ਼ਾਰੋਂ ਲੈ ਆਈਓ। ਜ਼ਰੂਰ ਯਾਰ। ਠੀਕ ਹੈ। ਜੈ ਮਾਤਾ ਜੀ। ਤੁਸੀਂ ਇੱਥੇ? ਹਾਂ ਮੈਂ ਇੱਥੇ, ਮੈਂ ਰੋਜ਼ ਸਵੇਰੇ ਸ਼ਾਮ ਆ ਕੇ ਇੱਥੇ ਸੇਵਾ ਕਰਦਾ ਔਰ ਮੇਰੇ ਮਾਤਾ ਪਿਤਾ ਦਾ ਵੀ ਇਹੀ ਹੁਕਮ, ਮੈਂ ਕਾਫੀ ਵਰਿਆਂ ਤੋਂ ਇੱਥੇ ਸੇਵਾ ਕਰਦਾ ਆ ਰਿਹਾ। ਕਿੰਨੇ ਚੰਗੇ ਨੇ ਤੁਹਾਡੇ ਮੰਮਾ ਪਾਪਾ ਜੋ ਤੁਹਾਨੂੰ ਖੁਦ ਇੱਥੇ ਸੇਵਾ ਕਰਨ ਲਈ ਆਖਦੇ ਹਨ ਤੇ ਉਧਰ ਮੇਰੇ ਮੰਮੀ ਪਾਪਾ ਇਸ ਕੰਮ ਨੂੰ ਗੁਨਾਹ ਸਮਝਦੇ ਨੇ। ਤੁਸੀਂ ਫਿਕਰ ਨਾ ਕਰੋ ਸੁਨੈਨਾ, ਮਾਂ ਜਗਦੰਬੇ ਇੱਕ ਦਿਨ ਸਭ ਕੁਝ ਠੀਕ ਕਰ ਦੇ। ਜੈ ਮਾਤਾ। ਇੰਨੀ ਚੇਤੀ ਆ ਗਏ? ਨਾ ਹੋ ਗਿਆ ਕੰਮ ਜਿਹੜੇ ਕੰਮ ਤੁਸੀਂ ਗਏ ਸੀ? ਸਵਾਹ ਹੋ ਗਿਆ ਨਾ, ਤੂੰ ਆਪ ਹੀ ਦੱਸ, ਨੋਟਾਂ ਤੋਂ ਬਗੈਰ ਹੁੰਦਾ ਅੱਜ ਕੱਲ੍ਹ ਕੰਮ? ਮੇਰੀ ਇੱਕ ਗੱਲ ਧਿਆਨ ਨਾਲ ਸੁਣ ਲਾ, ਆਪਣੇ ਭਰਾ ਕੋਲੋਂ ਜਾਇਦਾਦ ਚੋਂ ਆਪਣਾ ਜੇ ਮੈਨੂੰ ਹਿੱਸਾ ਲਿਆ ਕੇ ਨਾ ਦਿੱਤਾ ਤੇ ਇਸ ਘਰ 'ਚ ਤੈਨੂੰ ਵੀ ਨਹੀਂ ਮੈਂ ਰਹਿਣ ਦੇਣਾ। ਨਿਕਲ ਜਾ ਮੇਰੇ ਘਰੋਂ, ਕੋਈ ਲੋੜ ਨਹੀਂ ਇਸ ਘਰ 'ਚ ਤੇਰੀ। ਨਾ ਮੈਂ ਹੁਣ ਕਿਹੜੇ ਇਕੱਠੇ ਖੂਹ 'ਚ ਜਾਵਾਂ, 18 ਸਾਲ ਹੋ ਗਏ ਮੈਨੂੰ ਤੇਰੇ ਨਾਲ ਰਹਿੰਦਿਆਂ ਨੂੰ, ਨਾ ਹੁਣ ਮੈਨੂੰ ਕੌਣ ਝੱਲੂ? ਠੀਕ ਹੈ, ਜੇ ਤੂੰ ਜਾਣ ਨੂੰ ਤਿਆਰ ਨਹੀਂ ਨਾ ਤਾਂ ਫਿਰ ਆਪਣੇ ਭਰਾ ਨੂੰ ਇਸ ਜਹਾਨ ਨੂੰ ਤੋਰਨ ਦੀ ਤਿਆਰੀ ਕਰ ਲੈ। ਨਾ ਕੀ ਮਤਲਬ ਹੈ ਤੁਹਾਡਾ? ਮਤਲਬ ਸਾਫ਼ ਹੈ, ਆਪਾਂ ਚੱਲਦੇ ਹਾਂ ਸਵਾਮੀ ਦੀਕਸ਼ਾਨੰਦ ਕੋਲ, ਉਹਨਾਂ ਕੋਲ ਲਿਆਉਂਦੇ ਹਾਂ ਇੱਕ ਫਨੀਆ ਸੱਪ। ਸੱਪ? ਉਹ ਕਿਤੇ ਦਿਮਾਗ ਦਾ ਤੁਹਾਡਾ ਖਰਾਬ ਹੋ ਗਿਆ, ਨਾ ਉਹਦਾ ਆਪਾਂ ਕੀ ਕਰਾਂਗੇ? ਉਹ ਥੇਲੇ 'ਚ ਪਾ ਕੇ ਰੱਖਾਂਗੇ ਤੇਰੇ ਭਰਾ ਦੇ ਕਮਰੇ 'ਚ, ਜਿਉਂ ਹੀ ਉਹ ਖੋਲੇਗਾ ਸੱਪ ਉਹਨੂੰ ਡੰਗ ਲਏਗਾ ਤੇ ਉਹਦੀ ਭਗਤੀ ਹੋ ਜਾਏਗੀ ਸਦਾ ਲਈ ਪੂਰੀ, ਤੇ ਉਹਦੇ ਮਰੇ ਦਾ ਅੰਗੂਠਾ ਲਵਾਵਾਂਗੇ ਆਪਾਂ ਇਹਨਾਂ ਸਟਾਮਾਂ 'ਤੇ, ਉਹ ਤੋਂ ਬਾਅਦ ਸਾਰੀ ਜਾਇਦਾਦ ਦੀ ਮਾਲਕਣ ਹੋ ਜਾਣੀ ਤੂੰ ਤੇ ਆਪਾਂ ਕਰਾਂਗੇ ਮੌਜਾਂ। ਠੀਕ ਹੈ, ਜਿਵੇਂ ਤੁਸੀਂ ਕਹਿੰਦੇ ਹੋ। ਤੂੰ ਫਿਕਰ ਨਾ ਕਰ, ਜਿਵੇਂ ਮੈਂ ਕਹਿੰਦਾ ਨਾ ਤੂੰ ਉੱਦਾਂ ਹੀ ਕਰੀ ਜਾ, ਚੱਲ ਹੋ ਜਾ ਤਿਆਰ। ਖਾਤਰ ਮੈਂ ਤੇਰਾ ਭਰਾ ਕੀ ਆਪਣਾ ਭਰਾ ਵੀ ਮਰਵਾ ਸਕਦਾ।